ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਤੁਹਾਡਾ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ। ਜੇ ਤੁਸੀਂ ਅੱਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਬਾਕੀ ਵੀਡੀਓ ਨੂੰ ਪੂਰਾ ਹੀ ਦੇਖਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਜੀ ਤੁਹਾਨੂੰ ਮਿਲ ਸਕੇ। ਸਭ ਤੋਂ ਪਹਿਲਾਂ ਦੇਖਾਂਗੇ ਕੇਸਿਸ ਵਗੈਰਾ, ਜਿਹੜੇ 6596 ਕੇਸ ਜਿਹੜਾ ਅੱਜ ਇਟਲੀ ਦੇ ਵਿੱਚ ਆਇਆ ਹੈ। ਆਪਾਂ ਗੱਲ ਕਰ ਰਹੇ ਹਾਂ 4 ਅਗਸਤ 2021 ਦੀ। 3565 ਲੋਕ ਜਿਹੜੇ ਠੀਕ ਹੋਏ ਹਨ ਅਤੇ 21 ਲੋਕਾਂ ਦੀ ਡੈਥ ਹੋਈ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ 215748 ਜਿਹੜੇ ਤੰਪੂਨੀ ਕੀਤੇ ਗਏ ਹਨ, ਜਿਨ੍ਹਾਂ ਦੇ ਵਿੱਚੋਂ 700 ਦੀ ਪੋਜ਼ਿਟਿਵਤਾ ਜਿਹੜੀ ਨਿਕਲ ਕੇ ਆਈ ਸਾਹਮਣੇ ਆਈ ਹੈ 3.1 ਦੇ ਉੱਤੇ ਆ ਚੁੱਕੀ ਹੈ। ਕੱਲ੍ਹ ਨਾਲੋਂ 0.7% ਵੱਧ ਚੁੱਕੀ ਹੈ। ਬਾਕੀ ਸਭ ਤੋਂ ਜ਼ਿਆਦਾ ਇਟਲੀ ਵਿੱਚ ਜਿੱਥੇ ਕੇਸ ਆਏ ਹਨ ਉਸ ਸਟੇਟ ਦਾ ਨਾਮ ਹੈ ਸਿਸਿਲੀਆ। ਸਿਸਿਲੀਆ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਿਸ ਜਿਹੜੇ ਆਏ ਹਨ। ਬਾਕੀ ਪੂਰੀ ਇਟਲੀ ਦੇ ਵਿੱਚ ਹੁਣ ਤੱਕ 1,28,136 ਲੋਕਾਂ ਦੀ ਡੈਥ ਹੋ ਚੁੱਕੀ ਹੈ ਜਦੋਂ ਦੀ ਇਹ ਜਿਹੜੀ ਬਿਮਾਰੀ ਕੋਵਿਡ ਦੀ ਆਈ ਹੈ। ਬਾਕੀ ਇਟਲੀ ਦੇ ਵਿੱਚ ਇੱਕ ਜਿਹੜੀ ਚਿੰਤਾ ਵਾਲੀ ਗੱਲ ਇਹ ਹੈ ਕਿ 97,220 ਜਿਹੜੇ ਐਕਟਿਵ ਕੇਸ ਇਸ ਟਾਈਮ ਹੋ ਚੁੱਕੇ ਹਨ। ਕੱਲ੍ਹ ਨੂੰ ਲੱਗਦਾ ਹੈ ਕਿ ਜਿਹੜੇ ਕੇਸ ਹਨ 1,00,000 ਤੋਂ ਉੱਪਰ ਚਲੇ ਜਾਣਗੇ ਐਕਟਿਵ ਕੇਸ। ਕੁਝ ਦਿਨ ਪਹਿਲਾਂ ਜਿਹੜੀ ਇਹਨਾਂ ਦੀ ਗਿਣਤੀ ਸੀ 49,000 ਤੱਕ ਜਿਹੜੇ ਕੇਸ ਘੱਟ ਕੇ ਆ ਚੁੱਕੇ ਸਨ। ਇਸ ਤੋਂ ਇਲਾਵਾ ਜੇ ਲੰਬਾਰਦੀਆ ਵਿੱਚ 806 ਕੇਸ ਬਣੇ, ਉਹਦੇ ਵਿੱਚ 799, ਕੰਪਾਨੀਆਂ 496 ਮਿਲੀਆਂ, ਰੋਮਾਨੀਆ 495, ਪਿਮੋਂਤੇ 257, ਲਾਜ਼ੀਓ 513 ਕੇਸ ਆਇਆ ਹੈ, ਪੂਲੀਆ 236, ਤੁਸਕਾਨਾ 765, ਸਟੇਲੀਆ 808, ਫਰੂਲੀ ਵਨੀਸ਼ੀਆ ਜੂਲੀਆ 120, ਮਾਰਕੇ ਵਿੱਚ 211, ਲੈਗੂਰੀਆ 152, ਬਰੂਸੋ 124, ਪੀਏ ਬੁਲਜ਼ਾਨੋ 32 ਕੇਸ, ਕਲਾਵਰੀਆ 151, ਸਰਦੀਨੀਆ ਵੀ 350, ਉਮਰੀਆ 187, ਪੀਏ 323, ਬਾਜ਼ਲਕਾਤਾ 50, ਮਲੀਜ਼ੇ 15 ਅਤੇ ਲਾਸਟ ਵਾਲੇ ਦੀ ਔਸਤਾ 37 ਕੇਸ ਆਏ ਹਨ। ਬਾਕੀ ਪੂਰੀ ਇਟਲੀ ਦੇ ਵਿੱਚ ਜਿਹੜੇ ਨੋਰਮਲ ਕਰੋਨਾ ਵਾਰਡ ਹਨ, ਇਹਨਾਂ ਦੇ ਵਿੱਚ 2,309 ਲੋਕ ਜਿਹੜੇ ਭਰਤੀ ਹਨ, 113 ਲੋਕ ਅੱਜ ਨਵੇਂ ਇਸ ਦੇ ਵਿੱਚ ਹੋਰ ਜੁੜੇ ਹਨ ਅਤੇ ਇਸ ਤੋਂ ਇਲਾਵਾ 260 ਲੋਕ ਜਿਹੜੇ ਆਈ ਸੀ ਯੂ ਦੇ ਵਿੱਚ ਜਿਹੜੇ ਵੈਂਟੀਲੇਟਰ ਵਗੈਰਾ ਦੇ ਉੱਪਰ ਹਨ, ਇਹਨਾਂ ਦੀ ਗਿਣਤੀ ਪਹੁੰਚ ਚੁੱਕੀ ਹੈ। 61.44% ਲੋਕ ਜਿਹੜੇ ਹਨ 12 ਸਾਲ ਤੋਂ ਉੱਪਰ ਡਬਲ ਡੋਜ਼ ਲੈ ਚੁੱਕੇ ਹਨ। ਟੋਟਲ ਗਿਣਤੀ 3,31,83,256 ਹੋ ਚੁੱਕੀ ਹੈ। ਬਾਕੀ ਜੇ ਤੁਸੀਂ ਇਟਲੀ ਤੋਂ ਪੁਰਤਗਾਲ ਦੇ ਵਿੱਚ ਐਂਟਰੀ ਕਰਨੀ ਹੈ ਤਾਂ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਤੁਹਾਡਾ ਜਿਹੜਾ ਡਿਪਾਰਚਰ ਹੋਏਗਾ ਜੋ ਤੁਸੀਂ ਇਟਲੀ ਤੋਂ ਪੁਰਤਗਾਲ ਦੇ ਵਿੱਚ ਐਂਟਰੀ ਕਰੋਗੇ ਤਾਂ 72 ਘੰਟੇ ਪਹਿਲਾਂ ਜਿਹੜਾ ਇਸ ਤੋਂ ਜ਼ਿਆਦਾ ਰਿਪੋਰਟ ਪੁਰਾਣੀ ਨਹੀਂ ਹੋਣੀ ਚਾਹੀਦੀ ਹੈ। ਇਹਦੇ ਵਿੱਚ ਤੁਹਾਡਾ ਜਿਹੜਾ ਮੋਲੀਕੂਲਰ ਟੈਸਟ ਹੈ ਜੀ ਉਹ ਤੁਸੀਂ ਆਪਣਾ ਨਾਲ ਲੈ ਕੇ ਜਾਣਾ ਹੈ, ਜਾਂ ਫਿਰ ਜਿਹੜਾ ਇਹਦਾ ਅਲਟਰਨੇਟ ਹੋਏਗਾ ਜੇ ਤੁਸੀਂ ਵੈਕਸੀਨ ਲਗਵਾ ਲਈ ਹੈ ਤਾਂ ਤੁਹਾਡੇ ਕੋਲ ਜਿਹੜਾ ਗ੍ਰੀਨ ਪਾਸ ਹੋਏਗਾ, ਈਯੂ ਕੋਵਿਡ ਜਿਹੜਾ ਡਿਜੀਟਲ ਸਰਟੀਫਿਕੇਟ ਹੋਏਗਾ, ਤੁਸੀਂ ਉਸਨੂੰ ਵੀ ਉੱਥੇ ਸ਼ੋਅ ਕਰ ਸਕਦੇ ਹੋ, ਜਾਂ ਫਿਰ ਜਿਹੜਾ ਤੁਸੀਂ ਬਿਮਾਰੀ ਦੇ ਵਿੱਚੋਂ ਠੀਕ ਹੋ ਸਕਦੇ ਹੋ ਤਾਂ ਉਸ ਚੀਜ਼ ਦੇ ਜਿਹੜਾ ਸਬੂਤ ਹੈ ਜੀ ਉਹ ਵੀ ਤੁਸੀਂ ਉੱਥੇ ਜਾ ਕੇ ਦਿਖਾ ਸਕਦੇ ਹੋ। ਇਸ ਤੋਂ ਇਲਾਵਾ PLF ਜਿਹੜਾ ਫੋਰਮ ਹੈ ਜੀ ਉਹ ਤੁਹਾਨੂੰ ਭਰਨਾ ਪਏਗਾ। ਬਾਕੀ ਜੇ ਫਰਾਂਸ ਦੇ ਵਿੱਚ ਕਿਸੇ ਨੇ ਐਂਟਰੀ ਕਰ ਰਹੇ ਤਾਂ ਫਰਾਂਸ ਵਿੱਚ ਤੁਹਾਨੂੰ ਇਹ ਦੱਸ ਦਈਏ ਕਿ ਫਰਾਂਸ ਨੇ ਇਸ ਟਾਈਮ ਜਿਹੜਾ ਪੂਰਾ ਵਰਲਡ ਹੈ ਇਸ ਨੂੰ 3 ਰੰਗਾਂ ਦੇ ਵਿੱਚ ਵੰਡਿਆ ਹੋਇਆ, ਪੂਰੀ ਦੁਨੀਆ ਨੂੰ। ਇੱਕ ਪਾਸੇ ਗ੍ਰੀਨ ਰੰਗ ਹੈ, ਦੂਜੇ ਪਾਸੇ ਔਰੇਂਜ, ਤੀਜੇ ਪਾਸੇ ਜਿਹੜਾ ਰੈੱਡ ਹੈ। ਜਿਹੜੀ ਇਟਲੀ ਹੈ ਫਰਾਂਸ ਨੇ ਮਤਲਬ ਇਟਲੀ ਨੂੰ ਗ੍ਰੀਨ ਕਲਰ ਦੇ ਵਿੱਚ ਰੱਖਿਆ ਹੋਇਆ ਹੈ। ਹੁਣ ਜੇ ਤੁਸੀਂ ਇਟਲੀ ਤੋਂ ਫਰਾਂਸ ਦੇ ਵਿੱਚ ਐਂਟਰੀ ਕਰਨੀ ਹੈ ਇਸ ਕਾਨੂੰਨ ਦੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਫਰਾਂਸ ਨੇ ਇਟਲੀ ਨੂੰ ਰੱਖਿਆ ਹੋਇਆ, ਤਾਂ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਕੋਈ ਵੀ ਜਿਹੜੀ ਮੁਸ਼ਕਲ ਨਹੀਂ ਆਏਗੀ, ਤੁਸੀਂ ਫਰਾਂਸ ਦੇ ਵਿੱਚ ਐਂਟਰੀ ਕਰ ਸਕਦੇ ਹੋ ਬਿਨਾਂ ਕਿਸੇ ਟੈਸਟ ਤੋਂ। ਮਤਲਬ ਤੁਹਾਨੂੰ ਕੋਈ ਵੀ ਜਿਹੜਾ ਤੰਪੂਨੀ ਕਰਾਉਣ ਦੀ ਕੋਈ ਲੋੜ ਨਹੀਂ ਹੈ। ਇਹਦੇ ਵਾਸਤੇ ਇੱਕ ਸ਼ਰਤ ਹੈ ਕਿ ਜਿਹੜਾ ਟੀਕਾ ਤੁਹਾਡੇ ਲੱਗਾ ਹੋਣਾ ਚਾਹੀਦਾ ਹੈ, ਜੇ ਸਾਡੇ ਸੈਕਿੰਡ ਡੋਜ਼ ਜਿਹੜੀ ਲੱਗੀ ਹੋਣੀ 7 ਦਿਨ ਉਸਨੂੰ ਹੋ ਜਾਣੀ ਚਾਹੀਦੀ, ਜਿਹਦੇ ਵਿੱਚ ਫਾਈਜ਼ਰ, ਮਦੇਰਨਾ ਅਤੇ ਆਸਟਰਾਜੈਨਿਕਾ ਵੈਕਸੀਨ ਹੋਵੇ, ਜਾਂ ਫਿਰ ਜੇ ਤੁਸੀਂ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਲਗਵਾਈਏ ਤਾਂ 4 ਹਫ਼ਤੇ ਤੁਹਾਨੂੰ ਵੇਟ ਕਰਨੀ ਪਏਗੀ, ਉਸ ਤੋਂ ਬਾਅਦ ਤੁਸੀਂ ਫਰਾਂਸ ਦੇ ਵਿੱਚ ਐਂਟਰ ਕਰ ਸਕਦੇ ਹੋ। ਬਾਕੀ ਜੇ ਕਿਸੇ ਬੰਦੇ ਨੇ ਵੈਕਸੀਨ ਵਗੈਰਾ ਨਹੀਂ ਲਗਵਾਈ ਹੋਈ ਅਤੇ ਉਸਨੂੰ ਫਰਾਂਸ ਦੇ ਵਿੱਚ ਜ਼ਰੂਰੀ ਹੈ, ਉਸਨੂੰ ਕੰਮ ਪੈ ਗਿਆ ਕਿ ਉਸਨੇ ਐਂਟਰੀ ਕਰਨੀ ਹੈ, ਤਾਂ ਉਹਦੇ ਵਾਸਤੇ ਕੀ ਹੋਏਗਾ ਕਿ ਜਿਹੜਾ PCR ਟੈਸਟ ਉਸਨੂੰ ਕਰਾਉਣਾ ਪਏਗਾ, ਜਾਂ ਫਿਰ ਐਂਟੀਜਨ ਟੈਸਟ ਹੈ ਜੀ ਉਹ ਵੀ ਰਿਜ਼ਲਟ ਜਿਹੜਾ ਹੈ ਨੈਗੇਟਿਵ ਉਸਦਾ ਹੋਣਾ ਚਾਹੀਦਾ, ਅਤੇ ਜਿਹੜਾ ਸਮਾਂ 72 ਘੰਟੇ ਪਹਿਲਾਂ ਜਿਹੜਾ ਟੈਸਟ ਹੋਣਾ ਚਾਹੀਦਾ ਹੈ। ਬਾਕੀ ਇਸ ਤੋਂ ਇਲਾਵਾ ਜੇ ਫਰਾਂਸ ਦੇ ਵਿੱਚ ਕੋਈ ਬੰਦਾ ਸਾਈਪ੍ਰਸ, ਸਪੇਨ, ਪੁਰਤਗਾਲ ਜਾਂ ਨੀਦਰਲੈਂਡ ਦੇ ਵਿੱਚੋਂ ਜਿਹੜਾ ਉੱਥੇ ਫਰਾਂਸ ਦੇ ਵਿੱਚ ਜਾ ਰਿਹਾ, ਤਾਂ ਉਹਦੇ ਵਾਸਤੇ ਜਿਹੜਾ PCR ਜਾਂ ਐਂਟੀਜਨ ਟੈਸਟ ਜਿਹੜਾ ਹੋਏਗਾ, ਇਹਦਾ ਜਿਹੜਾ ਸਮਾਂ ਹੈ ਜੀ 24 ਘੰਟੇ ਤੋਂ ਜਿਹੜੀ ਪੁਰਾਣੀ ਰਿਪੋਰਟ ਨਹੀਂ ਹੋਣੀ ਚਾਹੀਦੀ, ਇਹਦੇ ਵਾਸਤੇ 72 ਘੰਟੇ ਵਾਲੀ ਰਿਪੋਰਟ ਜਿਹੜੀ ਨਹੀਂ ਚੱਲੇਗੀ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਫਰਾਂਸ ਦੇ ਵਿੱਚ ਜੇ ਤੁਸੀਂ ਐਂਟਰੀ ਕਰ ਚੁੱਕੇ ਤਾਂ ਉੱਥੇ ਜਿਹੜਾ ਹੈਲਥ ਪਾਸ ਤੁਹਾਡੇ ਕੋਲ ਹੋਏਗਾ ਉਹ ਤੁਹਾਨੂੰ ਦਿਖਾਉਣਾ ਪਏਗਾ, ਤੁਸੀਂ ਜਿਸ ਵੀ ਜਗ੍ਹਾ ਦੇ ਉੱਤੇ ਜਾਓਗੇ ਜਿੱਥੇ ਕਿ 50 ਲੋਕਾਂ ਤੋਂ ਜ਼ਿਆਦਾ ਲੋਕ ਇਕੱਠੇ ਹੋ ਕੇ ਮਤਲਬ ਇਕੱਠੇ ਹੁੰਦੇ ਹਨ ਉਸ ਜਗ੍ਹਾ ਦੇ ਉੱਤੇ, ਜਿੱਦਾਂ ਕਿ ਮਿਊਜ਼ੀਅਮ, ਸਿਨੇਮਾ, ਥੀਏਟਰ ਵਗੈਰਾ ਜਾਂ ਕੋਈ ਐਂਟਰਟੇਨਮੈਂਟ ਹਾਲ ਵਗੈਰਾ ਹੋਵੇ, ਅਤੇ ਉਹਨਾਂ ਜਗ੍ਹਾ ਦੇ ਉੱਤੇ ਤੁਹਾਨੂੰ ਜਿਹੜਾ ਜੀ ਹੈਲਥ ਪਾਸ ਜਿਹਨੂੰ ਆਪਾਂ ਗ੍ਰੀਨ ਪਾਸ ਵੀ ਕਹਿੰਦੇ ਹਾਂ ਉਹ ਲਾਜ਼ਮੀ ਹੋਏਗਾ ਫਰਾਂਸ ਦੇ ਵਿੱਚ ਦਿਖਾਉਣਾ। ਹੁਣ ਆਪਾਂ ਤੁਹਾਨੂੰ ਸਪੇਨ ਦੇ ਬਾਰੇ ਵੀ ਦੱਸ ਦਈਏ ਕਿ ਸਪੇਨ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ, ਇਟਲੀ ਦੇ ਵਿੱਚੋਂ ਤੁਸੀਂ ਸਪੇਨ ਦੇ ਵਿੱਚ ਜਾ ਰਹੇ ਹੋ ਜਾਂ ਜਾਣਾ ਚਾਹੁੰਦੇ ਹੋ, ਅਤੇ ਇਹਦੇ ਵਾਸਤੇ ਕੀ ਕਰ ਰਿਹਾ ਕਿ ਸਪੇਨ ਨੇ ਕੁਝ ਇਟਲੀ ਦੀਆਂ ਸਟੇਟਾਂ ਜਿਹਦੇ ਵਿੱਚ ਨਾਮ ਆਉਂਦੇ ਹਨ ਧਿਆਨ ਦੇ ਨਾਲ ਸੁਣਿਓ, ਸਰਦੀਨੀਆ, ਸਿਸਿਲੀਆ, ਕਲਾਬਰੀਆ, ਕੰਪਾਨੀਆ, ਅਮੀਲੀਆ ਰੋਮਾਨੀਆ, ਲਾਜ਼ੀਓ, ਲੈਗੂਰੀਆ, ਲੋਂਬਾਰਦੀ, ਮਾਰਕੇ, ਤ੍ਰੈਂਤੋ,
ਤੋਸਕਾਨਾ, ਉਮਰੀ ਅਤੇ ਵਨੇਤੋ, ਇਹ ਜਿਹੜੀਆਂ ਕੁਝ ਸਟੇਟਾਂ ਹਨ, ਸਪੇਨ ਨੇ ਇਹਨਾਂ ਨੂੰ ਰਿਸਕ ਜ਼ੋਨ ਦੇ ਵਿੱਚ ਪਾਇਆ ਹੋਇਆ ਹੈ ਫਿਲਹਾਲ, ਮਤਲਬ ਇਸ ਮੂਮੈਂਟ ਦੇ ਵਿੱਚ। ਅਗਰ ਇਹਨਾਂ ਸਟੇਟਾਂ ਦੇ ਵਿੱਚੋਂ ਕੋਈ ਵੀ ਬੰਦਾ ਜਿਹੜਾ ਸਪੇਨ ਦੇ ਵਿੱਚ ਐਂਟਰ ਹੋਣਾ ਚਾਹੁੰਦਾ, ਤੁਸੀਂ ਦੇਖਣਾ ਹੈ ਕਿ ਤੁਹਾਡੀ ਕਿਹੜੀ ਸਟੇਟ ਹੈ, ਤਾਂ ਇਸ ਦੇ ਵਾਸਤੇ ਜਿਹੜਾ ਤੁਹਾਨੂੰ ਸਰਟੀਫਿਕੇਟ ਹੈ ਜੀ, ਤੁਹਾਨੂੰ ਦਿਖਾਉਣਾ ਚਾਹੀਦਾ ਹੈ। ਪਰੰਤੂ ਇਸ ਸਰਟੀਫਿਕੇਟ ਨੂੰ ਲੈਣ ਦੇ ਵਾਸਤੇ ਤੁਹਾਨੂੰ ਜਿਹੜਾ ਟੈਸਟ ਕਰਾਉਣਾ ਪਏਗਾ, ਮੋਲੀਕੁਲਰ ਜਾਂ ਐਂਟੀਜੈਨਿਕ ਜਿਹੜਾ ਟੈਸਟ ਹੋਏਗਾ, ਰੈਪਿਡ ਟੈਸਟ, ਉਹ ਵੀ ਚੱਲ ਸਕਦਾ ਹੈ ਜਿਹੜਾ ਕਿ ਯੂਰਪੀਅਨ ਯੂਨੀਅਨ ਵੱਲੋਂ ਮਾਨਤਾ ਪ੍ਰਾਪਤ ਹੋਵੇ। ਫਿਰ ਉਹਦੇ ਵਿੱਚ ਅਗਰ ਨੈਗੇਟਿਵ ਟੈਸਟ ਆਉਂਦਾ ਹੈ ਤਾਂ ਫਿਰ ਤੁਸੀਂ ਐਂਟਰੀ ਕਰ ਸਕਦੇ ਹੋ ਸਪੇਨ ਦੇ ਵਿੱਚ, ਜਾਂ ਫਿਰ ਜਿਹੜੀਆਂ ਦੋਨੇ ਵੈਕਸੀਨ ਤੁਹਾਡੇ ਲੱਗ ਚੁੱਕੀਆਂ ਹੋਣ, ਜਾਂ ਫਿਰ ਕੋਈ ਵੀ ਸਰਟੀਫਿਕੇਟ ਜਿਹਦਾ ਕਿ ਇਹ ਦੱਸੇ ਕਿ ਤੁਸੀਂ ਜਿਹੜੇ ਬਿਮਾਰੀ ਦੇ ਵਿੱਚੋਂ ਠੀਕ ਹੋ ਚੁੱਕੇ ਹੋ ਕੋਵਿਡ-19 ਦੇ ਵਿੱਚੋਂ, ਜਿਹੜਾ ਕਿ ਇਸ਼ੂ ਕੀਤਾ ਗਿਆ ਹੋਵੇ 11 ਦਿਨ ਪਹਿਲਾਂ, ਜਿਹੜਾ ਸਰਟੀਫਿਕੇਟ ਹੈ ਜੀ ਠੀਕ ਹੋਣ ਦਾ, ਪੋਜ਼ਿਟਿਵ ਟੈਸਟ ਜਿਹੜਾ ਪਹਿਲਾਂ ਹੋਇਆ ਹੈ ਤੁਹਾਡਾ, ਉਸ ਤੋਂ 11 ਦਿਨ ਬਾਅਦ ਜਿਹੜਾ ਇਹ ਜਿਹੜੀ ਇਸ਼ੂ ਕੀਤਾ ਹੋਵੇ, ਤਾਂ ਜਿਹੜੀ ਇਸਦੀ ਵੈਲਿਡਿਟੀ ਜੀ 180 ਦਿਨਾਂ ਵਾਸਤੇ ਫਿਰ ਇਸਨੂੰ ਮੰਨਿਆ ਜਾਏਗਾ। ਇਸ ਤੋਂ ਇਲਾਵਾ ਇੱਕ ਫਾਰਮ ਵੀ ਭਰਨਾ ਪਏਗਾ ਉੱਥੇ ਜਾ ਕੇ, ਜਿਹੜਾ ਪਬਲਿਕ ਹੈਲਥ ਫਾਰਮ ਜਿਸਨੂੰ ਕਹਿੰਦੇ ਆ, ਜਿਹੜਾ ਕਿ ਤੁਹਾਨੂੰ ਉੱਥੇ ਜਾ ਕੇ ਪ੍ਰੋਵਾਈਡ ਕਰਾਇਆ ਜਾਏਗਾ। ਬਾਕੀ ਇਸ ਤੋਂ ਇਲਾਵਾ ਜਿਹੜੇ ਹੈਲਥ ਚੈੱਕ ਹੋਣਗੇ ਸਾਰੇ ਪੈਸੈਂਜਰ ਦੇ ਵਾਸਤੇ ਏਅਰਪੋਰਟ ਦੇ, ਉਹ ਵੀ ਹੋਣਗੇ, ਜਿਹਦੇ ਵਿੱਚ ਬੋਡੀ ਦਾ ਟੈਂਪਰੇਚਰ ਚੈੱਕ ਕੀਤਾ ਜਾਏਗਾ, ਡਾਕੂਮੈਂਟ ਚੈੱਕ ਕੀਤੇ ਜਾਣਗੇ, ਅਤੇ ਜਿਹੜਾ ਪੈਸੈਂਜਰ ਦਾ ਸਟੇਟਸ ਕੀ ਹੈ ਉਹ ਵੀ ਚੈੱਕ ਕੀਤਾ ਜਾਏਗਾ। ਚੱਲਦੇ ਹਾਂ ਜੀ ਆਪਣੀ ਅਗਲੀ ਖਬਰ ਉੱਤੇ। ਜਿਹੜੀ ਆਪਣੀ ਨੈਕਸਟ ਖਬਰ ਹੈ ਜੀ, ਇਹ ਹੈ ਜੌਨ ਆਇਰਸ ਦੇ ਨਾਲ ਸੰਬੰਧਿਤ। ਜੌਨ ਆਇਰਸ ਇੱਕ ਸ਼ਖਸ ਦਾ ਨਾਮ ਹੈ ਜਿਸ ਦੀ ਉਮਰ 42 ਸਾਲ ਦੀ ਸੀ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸਨੂੰ ਬੋਡੀ ਬਿਲਡਿੰਗ ਵਗੈਰਾ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਸਰੀਰਕ ਤੌਰ 'ਤੇ ਜਿਹੜਾ ਲੜਕਾ ਸੀ ਜੌਨ, ਬਹੁਤ ਜ਼ਿਆਦਾ ਫਿੱਟ ਸੀ ਅਤੇ ਇੱਕ ਬੱਚੇ ਦਾ ਬਾਪ ਵੀ ਸੀ, ਅਤੇ ਇੰਗਲੈਂਡ ਦੇ ਵਿੱਚ ਜਿਹੜੀ ਇਸ ਦੀ ਰਹੇ ਸੀ। ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਜੌਨ ਨੂੰ ਇੱਕ ਮੌਕਾ ਮਿਲਿਆ ਸੀ ਕਿ ਵੈਕਸੀਨ ਉਸ 'ਤੇ ਲੱਗ ਸਕਦਾ ਸੀ, ਪਰੰਤੂ ਜੌਨ ਨੇ ਵੈਕਸੀਨ ਲਗਵਾਉਣ ਤੋਂ ਇਨਕਾਰ ਕਰ ਦਿੱਤਾ। ਉਸਨੇ ਕਿਹਾ ਕਿ ਜਿਹੜੀ ਉਸਨੂੰ ਵੈਕਸੀਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਉਸਦੀ ਜਿਹੜੀ ਬੋਡੀ ਬਹੁਤ ਜ਼ਿਆਦਾ ਫਿੱਟ ਹੈ, ਅਗਰ ਉਸਨੂੰ ਕਰੋਨਾ ਹੋ ਵੀ ਜਾਂਦਾ ਤਾਂ ਕੋਈ ਦਿੱਕਤ ਨਹੀਂ ਹੋਏਗੀ, ਉਹ ਇਸਦਾ ਸਾਹਮਣਾ ਕਰ ਲਵੇਗਾ। ਇਹ ਜਿਹੜੀਆਂ ਸਾਰੀਆਂ ਗੱਲਾਂ ਤੁਹਾਨੂੰ ਅਸੀਂ ਦੱਸ ਰਹੇ ਹਾਂ, ਇਹ ਉਹਨਾਂ ਦੀ ਸਿਸਟਰ, ਜਿਹੜੀਆਂ ਦੋ ਸਿਸਟਰ ਹਨ, ਉਹਨਾਂ ਨੇ ਸਾਰੀਆਂ ਗੱਲਾਂ ਦੱਸੀਆਂ ਹਨ। ਉਹਨਾਂ ਦੀਆਂ ਭੈਣਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਜੌਨ ਨੂੰ ਲੱਗਦਾ ਸੀ ਕਿ ਉਹ ਜਿੱਦਾਂ ਕਿ ਵਿਗਾੜ ਨਹੀਂ ਸਕਦਾ ਕਰੋਨਾ ਉਸਦਾ ਕੁਝ ਵੀ, ਕਿਉਂਕਿ ਉਸਦੇ ਵਿੱਚ ਸਰੀਰਕ ਸ਼ਕਤੀ ਬਹੁਤ ਜ਼ਿਆਦਾ ਅਤੇ ਜਿਹੜੀ ਉਸਦੀ ਇਮਿਊਨਿਟੀ ਪਾਵਰ ਹੈ ਬਹੁਤ ਜ਼ਿਆਦਾ ਹੈ, ਉਸਨੂੰ ਲੱਗਦਾ ਸੀ ਕਿ ਉਹ ਇੱਕ ਅਮਰ ਹੈ। ਇੱਥੇ ਵੀ ਦੱਸੀਏ ਕਿ ਉਸਦੀਆਂ ਭੈਣਾਂ ਨੇ ਕਿਹਾ ਕਿ ਉਹ ਇੱਕ ਫਿਟਰ ਦੇ ਤੌਰ 'ਤੇ ਕੰਮ ਕਰਦਾ ਸੀ ਅਤੇ ਬਹੁਤ ਜ਼ਿਆਦਾ ਤੰਦਰੁਸਤ ਇਨਸਾਨ ਸੀ, ਬੋਡੀ ਬਿਲਡਿੰਗ ਦਾ ਵੀ ਸ਼ੌਂਕ ਸੀ। ਪਰੰਤੂ ਹੁੰਦਾ ਕੀ ਹੈ ਕਿ ਫਿਰ ਜਦੋਂ ਕਿਸਮਤ ਚੱਕਰ ਦਿੰਦੀ ਹੈ ਅਤੇ ਕਰੋਨਾ ਦੇ ਨਾਲ ਇਨਫੈਕਟਡ ਹੋ ਜਾਂਦਾ ਹੈ, ਅਤੇ ਜਦੋਂ ਹੋਸਪਿਟਲ ਦੇ ਵਿੱਚ ਜਾ ਕੇ ਉੱਥੇ ਨਰਸਾਂ ਨੂੰ ਇਹ ਲੜਕਾ ਜਿਹੜਾ ਜੌਨ ਹੈ ਜੀ ਕਹਿੰਦਾ ਹੈ ਕਿ ਉਸਨੂੰ ਅਗਰ ਟੀਕਾ ਲਗਾ ਸਕਦੇ ਹੋ ਤਾਂ ਜ਼ਰੂਰ ਲਗਵਾ ਦਿਓ, ਪਰੰਤੂ ਫਿਰ ਕੀ ਹੁੰਦਾ ਕਿ ਜਦੋਂ ਕੋਈ ਵਾਇਰਸ ਦੇ ਚਪੇਟ ਦੇ ਵਿੱਚ ਆ ਜਾਂਦਾ ਬੰਦਾ, ਅਤੇ ਉਸ ਟਾਈਮ ਜਿਹੜੀ ਇਹ ਵਾਇਰਸ ਜਾਂ ਜਿਹੜੇ ਆਪਾਂ ਵੈਕਸੀਨ ਵਗੈਰਾ ਦੀ ਗੱਲ ਕਰਦੇ ਹਾਂ, ਉਸ ਟਾਈਮ ਜਿਹੜਾ ਇਹ ਕੁਝ ਵੀ ਕੰਮ ਨਹੀਂ ਕਰ ਸਕਦੀ, ਕਿਉਂਕਿ ਇਸ ਦੇ ਵਿੱਚ ਵੀ ਇੱਕ ਵੈਕਸੀਨ ਦੇ ਵਿੱਚ ਵੀ ਇੱਕ ਵਾਇਰਸ ਦਾ ਹੀ ਅੰਸ਼ ਹੁੰਦਾ ਹੈ। ਇਹ ਬੰਦੇ ਨੂੰ ਬਿਮਾਰ ਹੋਣ ਤੋਂ ਪਹਿਲਾਂ ਅਗਰ ਇਸ ਦਾ ਉਪਯੋਗ ਬੰਦੇ ਨੇ ਕਰ ਲਿਆ ਤਾਂ ਫਾਇਦਾ ਦੇਵੇਗਾ, ਬਾਅਦ ਵਿੱਚ ਇਹ ਕੁਝ ਵੀ ਨਹੀਂ ਕਰ ਸਕਦਾ, ਅਤੇ ਇਸ ਤਰ੍ਹਾਂ ਜੌਨ ਦੀ ਜਿਹੜੀ ਜਾਨ ਚਲੀ ਜਾਂਦੀ ਹੈ। ਬਾਕੀ ਵੀਡੀਓ ਦੇ ਅੰਤ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਆਪਣਾ ਜਿਹੜਾ ਸਮਾਂ ਕੱਢ ਕੇ ਵੀਡੀਓ ਦੇਖੀ ਹੈ, ਪੂਰੀ ਵੀਡੀਓ ਦੇਖੀ ਹੈ, ਇੱਥੇ ਤੱਕ ਤੁਸੀਂ ਵੀਡੀਓ ਦੇਖੀ ਹੈ, ਇਸ ਦੇ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਬਾਕੀ ਇੱਕ ਜ਼ਰੂਰ ਚੈੱਕ ਕਰ ਲਓ ਕਿ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜਾਂ ਨਹੀਂ, ਜੇ ਨਹੀਂ ਕੀਤਾ ਤਾਂ ਇੱਕ ਵਾਰ ਜ਼ਰੂਰ ਚੈੱਕ ਕਰ ਲਓ। ਜੇ ਸਬਸਕ੍ਰਾਈਬ ਬਟਨ ਦਾ ਰੰਗ ਲਾਲ ਆ ਰਿਹਾ ਤਾਂ ਇਸਦਾ ਮਤਲਬ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੈ, ਇਸ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ, ਤੋ ਵੀਡੀਓ ਦੇਖੀ ਇੱਕ ਵਾਰ ਫਿਰ, ਧੰਨਵਾਦ।